ਬੇਸ਼ੱਕ ਕਰੋੜਾਂ ਰੁਪਏ ਦੀ ਲਾਗਤ ਨਾਲ ਸੂਬੇ ਦੀਆਂ ਸੜਕਾਂ ਨੂੰ ਸਰਕਾਰ ਵੱਲੋਂ ਨਵਾਂ ਰੂਪ ਦਿੱਤਾ ਜਾ ਰਿਹਾ, ਪਰ ਠੇਕੇਦਾਰਾਂ ਅਤੇ ਸੰਬੰਧਿਤ ਵਿਭਾਗ ਦੀ ਕਥਿਤ ਮਿਲੀਭਗਤ ਨਾਲ ਇਹ ਸੜਕੀ ਪ੍ਰੋਜੈਕਟ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਦਾ ਜਾ ਰਿਹਾ, ਜਿਸ ਦੀ ਮਿਸਾਲ ਗਿੱਦੜਬਾਹਾ ਤੋਂ ਕੋਟਭਾਈ, ਛਤਿਆਣਾ, ਭਾਰੂ ਅਤੇ ਆਦਿ ਪਿੰਡਾਂ 'ਚੋਂ ਹੋ ਕੇ ਦੋਦਾ ਨੂੰ ਜਾਣ ਵਾਲੀ ਲਿੰਕ ਸੜਕ ਤੋਂ ਮਿਲਦੀ ਹੈ, ਜਿੱਥੇ 9,95,00,000 ਦੀ ਲਾਗਤ ਨਾਲ ਨਵੀਂ ਬਣ ਰਹੀ ਸੜਕ ਕਥਿਤ ਮਿਲੀਭਗਤ ਨਾਲ ਘਟੀਆ ਮਟੀਰੀਅਲ ਲਾ ਕੇ ਬਣਾਈ ਜਾ ਰਹੀ ਹੈ। ਲੁੱਕ ਸ਼ਰੇਆਮ ਬਿਨਾਂ ਕਿਸੇ ਸਫਾਈ ਦੇ ਰੇਤੇ 'ਤੇ ਹੀ ਪਈ ਜਾ ਰਹੀ ਹੈ, ਜਿਸ ਨੂੰ ਹੱਥਾਂ ਨਾਲ ਆਸਾਨੀ ਨਾਲ ਪੁੱਟਿਆ ਜਾ ਸਕਦਾ ਹੈ। ਹੁਣ ਇਸ ਸੜਕ ਦੀ ਬੁਨਿਆਦ ਕੀ ਹੋਵੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਹ ਕੰਮ ਡਿਪਾਰਟਮੈਂਟ ਦੀ ਦੇਖ ਰੇਖ ਦੇ ਵਿੱਚ ਹੋ ਰਿਹਾ। ਡਿਪਾਰਟਮੈਂਟ ਟਾਈਮ ਵਾਈਜ਼ ਚੈੱਕ ਕਰ ਰਹੀ ਹੈ, ਟੈਸਟ ਰਿਪੋਰਟਾਂ ਠੀਕ ਆਉਂਦੀਆਂ ਤਾਂ ਹੀ ਇਹਦੇ ਉੱਤੇ ਅਗਲਾ ਸਟੈਪ ਲਿਆ ਜਾਂਦਾ। ਜਿਵੇਂ ਡੁੱਕ ਦਾ ਕੰਮ ਚੱਲ ਰਿਹਾ, ਟੈਸਟ ਰਿਪੋਰਟਾਂ ਠੀਕ ਆ, ਟੈਸਟ ਕਰਨ ਤੋਂ ਬਾਅਦ ਹੀ ਅਸੀਂ ਇੱਥੇ ਡੀ ਵੀ ਐਮ ਦਾ ਕੰਮ ਕਰ ਰਹੇ ਹਾਂ। ਜਿਹੜੀ ਰੀਚ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉਹ ਰਿਟਰਨ ਦੇ ਵਿੱਚ ਰਿਜੈਕਟ ਹੋ ਰਹੀ ਹੈ। ਸਾਨੂੰ ਨੰਘ ਟੱਪਣਾ ਦਿੱਕਤ ਪੂਰੀ ਆ ਜੀ, ਕੋਈ ਸਾਈਡ ਦੇਣ ਨੂੰ ਹਾਸਤੇ ਬਹੁਤ ਹੋਈ ਜਾਂਦੇ ਆ। ਐਡੀਆਂ ਕੀਮਤੀ ਸਾਡੀਆਂ ਜਾਨਾਂ ਗਈਆਂ ਜਵਾਕਾਂ ਦੀਆਂ, ਬੁਰੇ ਹਾਲ ਆ, ਨਾ ਕੋਈ ਕਿੰਨਾ ਚਿਰ ਸੜਕ ਚੱਲਦੀ ਨੂੰ ਬਾਦਲ ਸਰਕਾਰ ਵੇਲੇ ਦੀ, ਅਤੇ ਇਹਨਾਂ ਨੇ ਜਿਉਂ ਨੀਂਹ ਪੱਥਰ ਧਰਿਆ ਕਿਸੇ ਨੇ, ਕੋਈ ਸਾਰ ਨਹੀਂ ਪੁੱਛੀ ਇੱਥੇ। ਇਹ ਮੈਂ ਜੀ ਕੰਮ ਰੋਕ ਕੇ ਗਿਆ ਜੀ ਇਹ। ਅਤੇ ਕਦੋਂ ਕਦੋਂ ਚੱਲ ਰਿਹਾ ਸੀ ਕੰਮ ਇਹ? ਇਹਨਾਂ ਦਾ ਕੰਮ ਚੱਲਦੇ ਨੂੰ ਅੱਜ 5 ਦਿਨ ਹੋ ਗਏ ਜੀ। ਅਤੇ ਇਹ ਮਿੱਟੀ ਦਾ ਕਿੰਨਾ ਤੁਹਾਨੂੰ ਪਤਾ ਕਦੋਂ ਲੱਗਿਆ ਵੀ ਇਹ ਮਿੱਟੀ ਪਾ ਰਹੇ ਹੈ? ਜਦੋਂ ਮਿੱਟੀ ਸਰ ਮੈਂ ਤਾਂ ਰੋਕ ਜਾਂਦਾ, ਜਦੋਂ ਮੈਨੂੰ ਉੱਥੋਂ ਪਛਾਣ ਤੋਂ ਉਹਨਾਂ ਨਾਲ ਮੈਂ ਉਦੋਂ ਠੱਲ ਦਿੰਦਾ ਵੀ ਮਿੱਟੀ ਆ ਭਾਈ ਸਫਾਈ ਕਰੋ। ਅਤੇ ਕਿੱਥੋਂ ਦਾ ਠੇਕੇ ਠੁਕੇਦਾਰਾ ਪਤਾ ਜੀ ਕੋਈ? ਨਾ ਸਰ, ਮੈਨੂੰ ਆਪ ਨਹੀਂ ਗੇੜਾ ਮਾਰਿਆ ਠੇਕੇ? ਨਾ ਸਰ। ਪ੍ਰੈਜੈਂਟਲੀ ਡੀ ਵੀ ਐਮ ਪੈ ਰਹੇ, ਜਿਹੜਾ ਛਤਿਆਣਾ ਤੋਂ ਕੋਟਭਾਈ ਦੇ ਵਿੱਚ ਜਿਹੜਾ ਸਟ੍ਰੈਚ ਹੈ, ਅੱਗੇ ਆ ਕੇ ਕੋਟਭਾਈ ਪਿੰਡ ਅਸੀਂ ਕਵਰ ਕਰ ਲਿਆ, ਹੁਣ ਉਦੋਂ ਅੱਗੇ ਕੋਟਭਾਈ ਤੋਂ ਪਿੱਛੇ 3 ਕਿਲੋਮੀਟਰ ਦਾ ਰਹਿੰਦਾ, ਉਹਨੂੰ ਇੱਕ ਡੀ ਵੀ ਐਮ ਪੈ ਰਹੇ ਪ੍ਰੈਜੈਂਟ। ਬੁਨਿਆਦ ਲਾਸਟ ਸਪਟੰਬਰ 2017 'ਚ ਕੰਪਲੀਟ ਹੋਣਾ ਸੀ, ਪਰ ਹਲੇ ਡਿਲੇ ਹੈ ਕੰਮ। ਵਿਦਇਨ 2 ਮੰਥਸ ਵੀ ਆਰ ਹੋਪਿੰਗ ਕਿ ਵਿਦਇਨ 2 ਮੰਥਸ ਵਿਲ ਕੰਪਲੀਟ। ਸਰ, ਇੱਕ ਛਤਿਆਣੇ ਦੇ ਜਿਹੜੇ ਪਿੰਡ ਵਾਸੀ ਲੋਕ ਹੈਗੇ, ਉਹਨਾਂ ਨੇ ਇੱਕ ਦਰਖਾਸਤ ਵੀ ਦਿੱਤੀ ਐਸ ਡੀ ਐਮ ਸਾਹਿਬ ਨੂੰ, ਜਿੱਥੇ ਜਿਹੜਾ ਮਟੀਰੀਅਲ ਜਿਹੜਾ ਬਿਲਕੁਲ ਮਾੜਾ ਪੈ ਰਿਹਾ। ਨਹੀਂ ਸਰ, ਇਹ ਮਤਲਬ ਨਛੱਤਰ ਸਿੰਘ ਸੀਗੇ ਮੇਰੇ ਖਿਆਲ 'ਚ ਜਿਨ੍ਹਾਂ ਨੇ ਇਹ ਕੰਪਲੇਂਟ ਕੀਤੀ ਸੀਗੀ, ਅਤੇ ਉਹ ਅਸੀਂ ਸਪੈਸ਼ਲੀ ਐਕਸੀਅਨ ਸਰ ਵੀ ਗਏ ਸੀਗੇ, ਮੈਂ ਵੀ ਗਏ ਸੀਗੇ, ਅਤੇ ਅਸੀਂ ਕੰਪਲੀਟਲੀ ਉਹਨਾਂ ਨੂੰ ਜਸਟੀਫਾਈ ਕਰਵਾ ਦਿੱਤਾ, ਕੰਪਲੀਟਲੀ ਜਸਟੀਫਾਈ, ਉਹਨਾਂ ਦੇ ਸਾਹਮਣੇ ਸੈਂਪਲ ਲੈ ਕੇ, ਉਹਦੇ ਸਾਹਮਣੇ ਟੈਸਟ ਕਰਕੇ, ਅਤੇ ਕੰਪਲੀਟਲੀ ਨੋਟੀਫਾਈ ਕਰਕੇ ਅਸੀਂ ਰਿਪੋਰਟ ਵੀ ਭੇਜ ਦਈਏ।